ਪੰਜਾਬ ਕਾਂਗਰਸ ਦੀ ਫੁੱਟ ਖੁੱਲ ਕੇ ਸਾਹਮਣੇ ਆ ਗਈ ਹੈ। ਇੱਕ ਪਾਸੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਆਗੂ ਬੀਬੀ ਰਜਿੰਦਰ ਕੌਰ ਭੱਠਲ ਨੇ ਦੋਸ਼ ਲਾਇਆ ਕਿ ਕਾਂਗਰਸ ਪੰਜਾਬ ਵਿਧਾਨ ਸਭਾ ਚੋਣਾਂ ਦੀ ਜਿੱਤੀ ਬਾਜ਼ੀ ਸੂਬਾਈ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀਆਂ ਆਪ ਹੁਦਰੀਆਂ ਕਾਰਨ ਹਾਰੀ ਹੈ। ਦੂਜੇ ਪਾਸੇ ਭਲਫ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲੀ ਚਿੱਠੀ ਲਿਖ ਕੇ ਉਨ੍ਹਾਂ ਨੂੰ ਜੁੰਡਲੀ ਦਾ ਬੰਦੀ ਦੱਸਦਿਆਂ ਆਪਣੇ ਉੱਪਰ ਕੀਤੀ ਚਿੱਕੜ ਉਛਾਲੀ ਦੀ ਜਨਤਕ ਤੌਰ ਤੇ ਮਾਫ਼ੀ ਮੰਗਣ ਲਈ ਕਿਹਾ। ਲੋਕ ਸਭਾ ਮੈਂਬਰ ਪ੍ਰਤਾਪ ਬਾਜਵਾ ਨੇ ਵੀ ਕੈਪਟਨ ਅਮਰਿੰਦਰ ਵਿਰੁੱਧ ਮੋਰਚਾ ਖੋਲ ਦਿੱਤਾ। ਦੱਸ ਦਈਏ ਕਿ ਕੈਪਟਨ ਨੇ ਬੀਬੀ ਰਜਿੰਦਰ ਕੌਰ ਭੱਠਲ ਸਮੇਤ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ, ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਜਗਮੀਤ ਸਿੰਘ ਬਰਾੜ, ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਅਮਲੋਹ ਦੇ ਵਿਧਾਇਕ ਰਣਦੀਪ ਸਿੰਘ ਨਾਭਾ ਦੀ ਤਿੱਖੇ ਸ਼ਬਦਾਂ ਚ ਨੁਕਤਾਚੀਨੀ ਕੀਤੀ ਸੀ, ਜਿਸ ਦੇ ਜਵਾਬ ਚ ਬੀਬੀ ਭੱਠਲ ਨੇ ਆਪਣੇ ਗਰਮ ਮਿਜਾਜ ਅੰਦਾਜ਼ ਚ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਉਨ੍ਹਾਂ ਆਲ ਇੰਡੀਆ ਕਾਂਗਰਸ ਕਮੇਟੀ ਨੂੰ ਸਿਫਾਰਿਸ਼ ਕਰਕੇ ਹਾਸਲ ਕੀਤੀਆਂ 13 ਸੀਟਾਂ ਵਿਚੋਂ 9 ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਈਆਂ ਨੇ, ਜਦਕਿ ਕੈਪਟਨ ਵੱਲੋਂ ਮੰਗੀਆਂ ਗਈਆਂ 34 ਸੀਟਾਂ ਵਿਚੋਂ 32 ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਕੈਪਟਨ ਅਮਰਿੰਦਰ ਨੇ ਦੋਸ਼ ਲਾਇਆ ਸੀ ਕਿ ਬੀਬੀ ਭੱਠਲ ਆਪਣੀਆਂ 10 ਸੀਟਾਂ ਵਿਚੋਂ ਕੇਵਲ 2 ਸੀਟਾਂ ਹੀ ਜਿੱਤ ਸਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਹਾਰ ਦੀ ਜ਼ਿੰਮੇਵਾਰੀ ਲੈਣ ਦੀ ਥਾਂ ਜਿੱਥੇ ਅਖਬਾਰਾਂ ਝੂਠਾ ਪ੍ਰਚਾਰ ਕਰ ਰਹੇ ਨੇ ਉੱਥੇ ਖੁਦ ਹੀ ਵਰਕਰਾਂ ਨੂੰ ਅਖਬਾਰਾਂ ਵਿਚ ਨਾ ਜਾਣ ਦੀਆਂ ਨਸੀਹਤਾਂ ਦੇ ਕੇ ਆਪ ਹੀ ਅਨੁਸ਼ਾਸਨ ਦੀਆਂ ਧੱਜੀਆਂ ਉਡਾ ਰਹੇ ਨੇ। ਉਨ੍ਹਾਂ ਕਿਹਾ ਕਿ ਕੈਪਟਨ ਉੱਪਰ ਪਾਰਟੀ ਫੰਡ ਦੀ ਦੁਰਵਰਤੋਂ ਕਰਨ ਦੇ ਵੀ ਦੋਸ਼ ਲੱਗ ਰਹੇ ਨੇ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ 'ਚ ਬਦਲਾ ਲਊ ਰਾਜਨੀਤੀ ਦੀ ਸ਼ੁਰੂਆਤ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਹੀ ਕੀਤੀ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸ਼੍ਰੀਮਤੀ ਭੱਠਲ ਗਲਤ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਅਲਾਟ ਹੋਈਆਂ 34 ਸੀਟਾਂ ਵਿਚੋਂ ਉਹ ਕੇਵਲ 2 ਤਲਵੰਡੀ ਸਾਬੋ ਅਤੇ ਧੂਰੀ ਹੀ ਜਿੱਤ ਸਕੇ ਨੇ। ਉਨ੍ਹਾਂ ਕਿਹਾ ਕਿ ਜੇਕਰ ਬੀਬੀ ਭੱਠਲ ਕੋਲ ਚੋਣਾਂ ਦੌਰਾਨ ਪਾਰਟੀ ਫੰਡ 'ਚ ਗੜਬੜ ਹੋਣ ਦੇ ਸਬੂਤ ਨੇ ਤਾਂ ਉਹ ਇਸ ਦੀ ਜਾਣਕਾਰੀ ਹਾਈ ਕਮਾਂਡ ਨੂੰ ਦੇ ਸਕਦੇ ਨੇ। ਪਤਾ ਲੱਗਾ ਕਿ ਹਾਈ ਕਮਾਂਡ ਨੇ 4 ਅਪ੍ਰੈਲ ਨੂੰ ਸੀਨੀਅਰ ਆਗੂਆਂ ਦੀ ਦਿੱਲੀ 'ਚ ਇੱਕ ਮੀਟਿੰਗ ਰੱਖੀ ਹੈ। ਇਸ ਮੀਟਿੰਗ 'ਚ ਆਹਮੋ ਸਾਹਮਣੇ ਸ਼ਬਦੀ ਜੰਗ ਹੋਣ ਦੀ ਸੰਭਾਵਨਾ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ। ਬਿਊਰੋ ਰਿਪੋਰਟ, ਡੇ ਨਾਈਟ ਨਿਊਜ਼।